ਰਾਜਪੁਰਾ 'ਚ ਇੱਕ ਕਾਂਗਰਸੀ ਜਿਹੜੇ ਨੇਤਾ ਹੈਗੇ ਉਹ ਕਾਫੀ ਟਾਈਮ ਤੋਂ ਲੰਬੇ ਟਾਈਮ ਤੋਂ ਜਿਹੜੇ ਹੈ ਕਾਂਗਰਸ ਦੀਆਂ ਰੈਲੀਆਂ 'ਚ ਨਜ਼ਰ ਆਉਂਦੇ ਰਹੇ। ਉਹਨਾਂ ਨੇ 3 ਸਾਲ ਜਿਹੜਾ ਹੈ ਕਾਂਗਰਸ ਪਾਰਟੀ ਸਰਕਾਰ ਦਾ ਸੁੱਖ ਭੋਗਿਆ। ਹੁਣ 2 ਦਿਨ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਹੈ ਫੜ ਲਿਆ। ਮੈਂ ਗੁਰਪ੍ਰੀਤ ਸਿੰਘ ਸੰਧੂ ਦੀ ਗੱਲ ਕਰ ਰਿਹਾ ਜੋ ਕਿ ਆਪਣੇ ਆਪ ਨੂੰ ਇਸ ਟਾਈਮ ਇਹ ਕਹਿ ਰਿਹਾ ਕਿ ਮੈਂ ਘਨੌਰ ਦਾ ਰਹਿਣ ਵਾਲਾ ਅਤੇ ਮੇਰਾ ਪੰਪ ਵੀ ਘਨੌਰ ਦੇ ਵਿੱਚ ਹੈ, ਮੇਰਾ ਘਰ ਵੀ ਘਨੌਰ ਦੇ ਵਿੱਚ ਹੈ ਅਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਹਲਕਾ ਘਨੌਰ ਦੇ ਵਿੱਚ ਮੈਂ ਸੇਵਾ ਕਰਾਂਗਾ। ਕਹਿਣ ਦਾ ਭਾਵ ਇਹ ਹੈ ਕਿ ਉਹ ਆਉਣ ਵਾਲੇ ਦਿਨਾਂ 'ਚ MLA ਦਾ ਚੁਣਾਵ ਵੀ ਲੜ ਸਕਦੇ ਹੈ ਅਤੇ ਉਹਨਾਂ ਦਾ ਕਹਿਣਾ ਇਹ ਹੈ ਕਿ MLA ਜਲਾਲਪੁਰ ਜੀ ਨੇ ਹਲਕਾ ਘਨੌਰ ਦੇ ਵਿੱਚ ਕੋਈ ਕੰਮ ਨਹੀਂ ਕਰਾਇਆ ਅਤੇ ਮਦਨ ਲਾਲ ਜੀ ਹਲਕਾ ਘਨੌਰ ਦੇ ਰਹਿਣ ਵਾਲੇ ਵੀ ਨਹੀਂ ਹੈ। ਲੋਕ ਬਾਹਰ ਦੇ ਬੰਦੇ ਨੂੰ ਕਿਉਂ MLA ਬਣਾਉਣ? ਮੈਂ ਕਰਦਾ ਉਹਨਾਂ ਦਾ ਬੰਦਾ, ਉਸ ਬਾਰੇ 'ਚ ਥੋੜ੍ਹਾ ਜਿਹਾ ਚਾਨਣਾ ਪਾਓ। ਸਰ, ਦੇਖਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਟਾਈਮ ਜਿਹੜਾ ਹੈ ਬਹੁਤ ਘੱਟ ਲੋਕਾਂ ਨੂੰ ਮਿਲਦਾ, ਉਹ ਬਹੁਤ ਘੱਟ ਲੋਕਾਂ ਨੂੰ ਮਿਲਦੇ ਆ ਜੋ ਵਿਰੋਧੀ ਤੁਹਾਡੇ ਕਹਿੰਦੇ ਆ, ਲੇਕਿਨ ਤੁਹਾਡੀ ਕੋਈ ਨਾ ਕੋਈ ਫੋਟੋ ਵਾਇਰਲ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲਦੇ ਹੋਏ। ਲੋਕਾਂ ਨੂੰ ਤਕਲੀਫ ਵੀ ਹੈ ਵੀ ਮਦਨ ਲਾਲ ਜਲਾਲਪੁਰ ਜੀ ਨੂੰ ਕੈਪਟਨ ਸਾਹਿਬ ਮਿਲਣ ਦਾ ਟਾਈਮ ਦੇ ਦਿੰਦੇ ਆ। ਪਿਛਲੇ ਕਾਫੀ ਲੰਬੇ ਸਮੇਂ ਦੇ ਵਿੱਚ ਮਦਨ ਲਾਲ ਜਲਾਲਪੁਰ ਜੀ ਪੂਰੇ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ 'ਚ ਰਹੇ। ਕਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ, ਕਦੀ ਕੁਛ ਹੁੰਦਾ। ਤੁਹਾਡੇ ਹਲਕੇ ਦੇ ਵਿੱਚ ਹੁਣ ਤੱਕ ਤੁਸੀਂ ਕਿੰਨਾ ਕੁ ਵਿਕਾਸ ਕਰਾ ਚੁੱਕੇ ਹੋ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਵਿਕਾਸ ਕਰਾਉਣ ਜਾ ਰਹੇ ਹੋ? ਦੁਨੀਆ ਭਰ ਕੀ ਤਾਜ਼ਾ ਅਪਡੇਟਸ ਕੇ ਲਈ ਨਿਊਜ਼ 89 ਚੈਨਲ ਕੋ ਅਭੀ ਸਬਸਕ੍ਰਾਈਬ ਕਰੇ ਔਰ ਕਲਿੱਕ ਕਰੇ ਬੈਲ ਆਈਕਨ ਪਰ। ਧੰਨਵਾਦ। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਨਿਊਜ਼ 89 ਚੈਨਲ 'ਤੇ ਮੌਜੂਦ ਹੈ ਉਹ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਜੀ, ਜਿਨ੍ਹਾਂ ਨੇ ਆਪਣੇ ਹਲਕੇ ਦੇ ਵਿੱਚ ਰਿਕਾਰਡ ਤੋੜ ਜਿਹੜੇ ਹੈ ਕੰਮ ਕਰਵਾਏ ਅਤੇ ਰੋਜ਼ਾਨਾ ਜਿਹੜੀ ਹੈ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਰੋਜ਼ਾਨਾ ਹੀ ਫੋਟੋ ਜਿਹੜੀ ਹੈ ਫੇਸਬੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ। ਇਹ ਫੋਟੋਆਂ ਕਿਉਂ ਵਾਇਰਲ ਹੋ ਰਹੀਆਂ? ਰੋਜ਼ ਤਕਰੀਬਨ ਮਦਨ ਲਾਲ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਨਜ਼ਰ ਆਉਂਦੇ ਹੈ। ਕਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਰੋੜਾਂ ਰੁਪਇਆ ਜਿਹੜਾ ਹੈ ਹਲਕਾ ਘਨੌਰ ਦੇ ਵਿਕਾਸ ਦੇ ਵਿੱਚ ਆਉਣ ਦਾ ਕੋਈ ਸੰਕੇਤ ਹੈ? ਸਾਡੇ ਨਾਲ ਮੌਜੂਦ ਹੈ ਹਲਕਾ ਘਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਜੀ। ਮਦਨ ਲਾਲ ਜਲਾਲਪੁਰ ਜੀ, ਤੁਹਾਡਾ ਨਿਊਜ਼ 89 ਦੇ ਵਿੱਚ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਸਵਾਗਤ ਹੈ। ਅਸੀਂ ਗੱਲ ਕਰਾਂਗੇ ਤੁਹਾਡੇ ਹਲਕੇ ਦੀ। ਤੁਹਾਡੇ ਹਲਕੇ ਦੇ ਵਿੱਚ ਹੁਣ ਤੱਕ ਤੁਸੀਂ ਕਿੰਨਾ ਕੁ ਵਿਕਾਸ ਕਰਾ ਚੁੱਕੇ ਹੋ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਵਿਕਾਸ ਕਰਾਉਣ ਜਾ ਰਹੇ ਹੋ? ਮਾਰਚ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਆ ਪੰਜਾਬ 'ਚ ਕਾਂਗਰਸ ਪਾਰਟੀ ਦੀ। ਉਸ ਤੋਂ ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਅਤੇ BJP ਦੀ ਸਰਕਾਰ ਰਹੀ ਆ ਪੰਜਾਬ 'ਚ। ਮੈਂ ਕਹਿ ਸਕਦਾ ਵੀ 10 ਸਾਲਾਂ ਦੇ ਵਿੱਚ ਸਾਡੇ ਘਨੌਰ ਹਲਕੇ ਦਾ ਜਿਹੜਾ ਵਿਕਾਸ ਸੀ ਬਿਲਕੁਲ ਨਹੀਂ ਹੋਇਆ ਜਾਂ ਬਹੁਤ ਘੱਟ ਮਾਤਰਾ 'ਚ ਹੋਇਆ, ਸਾਰੇ ਜ਼ਿਲ੍ਹੇ 'ਚ ਹੀ ਬਹੁਤ ਘੱਟ ਹੋਇਆ। ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਆ, ਹਾਲਾਤ ਇੰਨੇ ਮਾੜੇ ਸੀ ਪੰਜਾਬ ਦੇ ਬਜਟ ਦੇ ਪੈਸੇ ਦੇ, 31,000 ਕਰੋੜ ਰੁਪਇਆ ਸਾਡੇ ਸਿਰ ਮੜ ਕੇ ਸੀ ਜਿਹੜਾ ਫੂਡ ਸਪਲਾਈ ਦਾ। ਸਾਨੂੰ ਆਸ ਹੀ ਨਹੀਂ ਸੀ ਵੀ ਇਹ ਸਰਕਾਰ ਅਸੀਂ ਕਿਵੇਂ ਤਨਖਾਹ ਦੇਵਾਂਗੇ, ਕਿਵੇਂ ਸਰਕਾਰ ਚੱਲੂਗੀ, ਕੀ ਵਿਕਾਸ ਹੋਊਗਾ ਪੰਜਾਬ ਦਾ। ਪਰ ਮਹਾਰਾਜ ਸਾਹਿਬ ਦੀ ਦੂਰਅੰਦੇਸੀ ਜਾਂ ਪੁਰਾਣਾ ਤਜਰਬਾ ਲਾ ਲਓ, ਵਿੱਤ ਮੰਤਰੀ ਮਨਪ੍ਰੀਤ ਬਾਦਲ ਸਾਡੇ ਬਣੇ ਪੰਜਾਬ ਦੇ, ਉਹਨਾਂ ਦੀ ਸੋਚ ਵਧੀਆ ਸੀ, ਪਰ ਜਿਹੜਾ ਪੰਜਾਬ ਬਿਲਕੁਲ ਪਛੜ ਗਿਆ ਸੀ, ਮੈਂ ਕਹਿ ਸਕਦਾ 3 ਸਾਲਾਂ ਦੇ ਵਿੱਚ। ਮੈਂ ਕਿਸੇ ਹਲਕੇ ਦੀ ਗੱਲ ਨਾ ਕਰਾਂ, ਮੈਂ ਆਪਣੇ ਘਨੌਰ ਦੀ ਗੱਲ ਕਰਾਂ। ਸਾਡੇ ਬਹੁਤ ਹੀ ਸਤਿਕਾਰਯੋਗ ਬਾਦਲ ਸਾਹਿਬ 5 ਵਾਰੀ ਮੁੱਖ ਮੰਤਰੀ ਰਹੇ ਹਾਂ। ਮੈਂ ਕਹਿੰਦਾ 5 ਸਾਲ 'ਚ ਜਿੰਨਾ ਵਿਕਾਸ ਉਹਨਾਂ ਨੇ ਕੀਤਾ ਘਨੌਰ ਹਲਕੇ ਦਾ, ਜੇ ਤੁਲਨਾ ਕਰੋ ਮਹਾਰਾਜਾ ਸਾਹਿਬ ਦੇ 3 ਸਾਲਾਂ ਦੀ, ਮੈਂ ਕਹਿੰਦਾ 3 ਸਾਲ ਦਾ ਵੱਧ ਹੋਊਗਾ ਅਤੇ 5 ਵਾਰੀ ਦਾ ਘੱਟ ਹੋਊਗਾ। ਮੈਂ ਸਾਡੇ ਇਲਾਕੇ ਦੇ ਵਿੱਚ ਜਦੋਂ ਮੈਂ ਵਾਂਗਡੋਰ ਸੰਭਾਲੀ ਆ ਜਿੱਤੇ ਆ MLA ਬਣਿਆ, ਪੀਣ ਵਾਲੇ ਪਾਣੀ ਦੀ ਇੰਨੀ ਦਿੱਕਤ ਸੀ, ਲੋਕ ਹਾਹਾਕਾਰ ਮੱਚੇ ਹੋਏ ਸੀ, ਇੰਨੀ ਕਰਪਸ਼ਨ ਸੀ। ਅਤੇ ਸਾਡੇ ਇੱਥੇ ਇਹਨਾਂ ਨੇ ਬਿੱਲ ਇਕੱਠੇ ਕੀਤੇ ਪਾਣੀ ਦੇ, 24 ਲੱਖ ਰੁਪਈਆ STO ਨੇ ਘਨੌਰ ਨੇ, ਬਾਹਰੋਂ ਬਾਰੀ ਜਾਲੀ ਬਿੱਲ ਪਾ ਕੇ ਚਲਾ ਗਿਆ। ਮੈਂ ਕਹਿੰਦਾ ਵੀ ਇੰਨਾ ਕੁ ਮਾੜਾ ਹਾਲ ਸੀ, ਅਤੇ ਪੀਣ ਵਾਲੇ ਪਾਣੀ ਦਾ, ਨਹਿਰਾਂ ਦਾ, ਸੜਕਾਂ ਟੁੱਟੀਆਂ, ਕਿਸੇ ਨੇ 10 ਸਾਲ ਸੜਕਾਂ ਦੀ ਰਿਪੇਅਰ ਤੱਕ ਨਹੀਂ ਕੀਤੀ।
ਮੈਂ ਅੱਜ ਜਦੋਂ ਦੇਖਦੇ ਹਾਂ ਵੀ ਜਿਹੜੇ ਸੁਪਨੇ ਸੀ ਸਾਡੇ ਕਦੇ ਲੈਂਦੇ ਸੀ ਵੀ ਹਾਂ ਵੀ ਕੈਪਟਨ ਮੁੱਖ ਮੰਤਰੀ ਬਣੂਗਾ, ਮਹਾਰਾਣੀ ਸਾਹਿਬ ਕੋਲ ਵਾਂਗ ਡੋਰ ਆਊਗੀ, ਐਮ ਪੀ ਹੋਣਗੇ, ਵੀ ਇਲਾਕੇ ਦੀ ਨੁਹਾਰ ਬਦਲਾਂਗੇ, ਅੱਜ ਉਹ ਸਮਾਂ ਆ ਗਿਆ। ਅੱਜ ਸਾਰੀਆਂ ਸੜਕਾਂ ਤਕਰੀਬਨ ਜਿਹੜੀਆਂ ਹੈਗੀਆਂ ਜਿਨ੍ਹਾਂ ਦੀ ਰਿਪੇਅਰ ਹੋ ਚੁੱਕੀ ਆ, ਚੌੜੀ ਜਿਹੜੀਆਂ ਜਿਨ੍ਹਾਂ 'ਤੇ ਆਵਾਜਾਈ ਜ਼ਿਆਦਾ ਸੀ ਉਹ 18 ਫੁੱਟੀ ਬਣ ਗਏ ਆ। ਲੋਹ ਸਿੰਬਲੀ ਅਸੀਂ ਜਾਂਦੇ ਹਾਂ, ਘਨੌਰ ਤੋਂ ਇੰਨਾ ਮਾੜਾ ਹਾਲ ਸੀ, ਕਿੰਨੇ ਖੱਡੇ, ਕਿੰਨੇ ਕੁ ਐਕਸੀਡੈਂਟ ਹੋਏ ਉਹਨਾਂ ਸੜਕਾਂ 'ਚ, ਬੰਦੇ ਮੋਟਰਸਾਈਕਲਾਂ ਤੋਂ ਡਿੱਗੇ, ਮੌਤਾਂ ਹੋਈਆਂ। ਅੱਜ ਜਾ ਕੇ ਦੇਖ ਲਓ ਸੜਕਾਂ ਬਣੀਆਂ ਕਿਵੇਂ ਬਣੀਆਂ, ਚੌਰੇ ਤੋਂ ਲੈ ਕੇ ਘਨੌਰ ਤੱਕ ਲਾ ਲਓ, ਇਹ ਮੇਨ ਰੋਡਾਂ ਸੀ ਕਾਮੀ ਵਾਲੀ, ਜਿਹਦੇ ਕਦੇ ਰਿਪੇਅਰ ਹੀ ਨਹੀਂ ਹੋਈ ਸੀ 10 ਸਾਲਾਂ 'ਚ, ਜਿਹੜੀਆਂ ਮੇਨ ਰੋਡਾਂ ਸੀ ਬਹਾਦਰਗੜ੍ਹ ਤੋਂ ਘਨੌਰ, ਘਨੌਰ ਤੋਂ ਜਿਹੜਾ ਹੈਗਾ ਸੰਭੂ, ਇਹ ਵੀ ਦੇਖੋ ਸੜਕ ਬਹੁਤ ਮਾੜਾ ਹਾਲ ਸੀ, ਤੰਗ ਸੀ ਬਹੁਤ। ਮੇਰਾ ਕਹਿਣ ਦਾ ਮਤਲਬ ਵੀਡੀਓ ਬਲਾਕ ਨਵਾਂ ਬਣਿਆ, ਸੜਕਾਂ ਦੀ ਰਿਪੇਅਰ ਹੋਈ, ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਇਆ, ਨਵਾਂ ਪ੍ਰੋਜੈਕਟ ਸਾਨੂੰ ਦਿਆ 360 ਕਰੋੜ ਦਾ, ਜਿਹੜਾ ਮੰਡੌਲੀ ਲੱਗਣ ਜਾ ਰਿਹਾ, ਇੱਕ ਪਲਾਂਟ ਮੰਡੌਲੀ ਲੱਗੂਗਾ, ਦੂਜਾ ਸਾਡੇ ਇੱਥੇ ਆਪਣੇ ਪਵਰੀ ਕੋਲ, ਪਵਰੇ ਜਿਹੜੀ ਜ਼ਮੀਨ ਸਾਨੂੰ ਮਿਲੀ ਆ ਉੱਥੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, 13 ਤਰੀਕ ਨੂੰ ਇਹ ਟੈਂਡਰ ਖੁੱਲ੍ਹ ਜਾਣਾ 13 ਮਾਰਚ ਨੂੰ। ਅਤੇ ਕਿਸਾਨਾਂ ਦਾ ਮੁੱਦਾ ਸੀ ਇੱਥੇ, ਗਰੀਬੀ ਬਹੁਤ ਸੀ, ਸਾਰੇ ਪਿੰਡ ਨੇ, ਕਰੋੜਾਂ ਰੁਪਈਆ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ, 35 ਕਰੋੜ ਰੁਪਇਆ ਸਾਨੂੰ ਜਿਹੜਾ ਖਰਾਬਾ ਸੀ ਸਾਡੇ, ਗੇੜੇਮਾਰੀ ਹੋਈ, ਪਾਣੀ ਆਇਆ ਘੱਗਰ ਦਾ, ਕਦੀ ਜ਼ਿੰਦਗੀ 'ਚ ਮੈਂ ਕਹਿੰਦਾ 35 ਕਰੋੜ ਰੁਪਇਆ 50 ਸਾਲ 'ਚ ਖਰਾਬੇ ਦਾ ਨਹੀਂ ਘਨੌਰ ਨੂੰ ਮਿਲਿਆ ਹੋਣਾ, ਜਿਹੜਾ ਕੈਪਟਨ ਸਾਹਿਬ ਨੇ ਪਿਛਲੇ ਸਾਲ ਸਾਡੇ ਘਨੌਰ ਤੋਂ ਦਿੱਤਾ। ਕਿਸਾਨ 12,000 ਰੁਪਏ ਏਕੜ, 10,000 ਰੁਪਏ ਏਕੜ, 6,500 ਰੁਪਏ ਏਕੜ, ਜਿੰਨਾ ਖਰਾਬਾ ਸੀ, ਇੰਨਾ ਕਦੀ ਵੀ ਪੈਸਾ ਘਨੌਰ ਨੂੰ ਨਹੀਂ ਮਿਲਿਆ ਜਿਹੜਾ ਇਹ ਪਿਛਲੇ 3 ਸਾਲ 'ਚ ਮਿਲਿਆ। ਵੀਡੀਓ ਬਲੌਕ ਨਵਾਂ ਬਣਿਆ, ਸਾਰੇ ਪੰਜਾਬ 'ਚ ਇੱਕ ਬਲੌਕ ਬਣਿਆ ਸੀ ਵੀ ਘਨੌਰ, 2 ਹਸਪਤਾਲ ਪਹਿਲਾਂ ਇਹਨਾਂ ਨੇ ਦਰਾਹੇ ਦਏ ਸੀ, ਇੱਕ ਦਰਾਹਾ ਅਤੇ ਘਨੌਰ, ਉਹ ਵੀ ਸਾਡਾ ਹੁਣ ਟੈਂਡਰ ਹੋ ਰਿਹਾ, ITI ਸਾਨੂੰ ਘਨੌਰ ਮਿਲ ਗਈ। ਘਨੌਰ ਦੀ ਕਦੇ ਫਿਰਨੀ ਦੇਖ ਲਓ, ਕਦੇ 17 ਸਾਲਾਂ 'ਚ ਨਹੀਂ ਬਣੀ, ਅੱਜ ਉਹ ਵੀ 18 ਫੁੱਟ ਬਣ ਕੇ ਤਿਆਰ ਹੋ ਗਈ। ਜਿਹੜੀ ਕਾਲਜ ਵਾਲੀ ਰੋਡ ਆ ਉਹ ਇੰਨਾ ਮਾੜਾ ਹਾਲ ਸੀ, 10 ਫੁੱਟੀ ਰੋਡ, ਬੱਚੇ ਪੜ੍ਹਨ ਜਾਂਦੇ ਸੀ ਡਿੱਗਦੇ ਸੀ, ਅੱਜ ਉਹ ਵੀ 23 ਫੁੱਟ ਬਣ ਕੇ ਤਿਆਰ ਹੋ ਗਈ। ਮੇਰਾ ਕਹਿਣ ਦਾ ਭਾਵ ਆ ਵੀ ਕਦੇ ਘਨੌਰ ਨੇ ਸੋਚਿਆ ਨਹੀਂ ਸੀ ਵੀ ਇੰਨਾ ਪੈਸਾ ਮਿਲੂਗਾ, 15 ਕਰੋੜ ਰੁਪਇਆ ਹੁਣ ਸਾਨੂੰ ਸਕੂਲਾਂ ਦਾ ਮਿਲਿਆ, 15 ਕਰੋੜ ਜਿਹੜਾ ਹੁਣ ਮਿਲਿਆ, ਜਿਹੜੇ ਪਹਿਲਾਂ ਮੇਰੇ ਵੱਖਰੇ। ਮੇਰਾ ਕਹਿਣ ਦਾ ਭਾਵ ਆ ਅੱਜ ਘਨੌਰ ਜੋ ਅਸੀਂ ਚਾਹੁੰਦੇ ਸੀ, ਜੋ ਸਾਡੇ ਇੱਕ ਸੁਪਨਾ ਸੀ ਵੀ ਘਨੌਰ ਜਿਹੜਾ ਪਿੰਡੂ ਹਲਕਾ ਇੱਕ ਵਧੀਆ ਹੋਵੇ, ਪੜ੍ਹਾਈ ਦੇ ਸਾਧਨ ਵਧੀਆ ਹੋਣ, ਮੈਡੀਕਲ ਦੀਆਂ ਸਹੂਲਤਾਂ ਹੋਣ, ਬੱਚਿਆਂ ਨੂੰ ਰੁਜ਼ਗਾਰ ਹੋਵੇ, ਇੰਡਸਟਰੀ ਆਈ। ਅੱਜ ਕੁਆਰਕ ਸਿਟੀ, ਪਿਛਲੇ ਸਾਲ ਇੱਥੇ ਚਮਾਰੂ ਮੇਰੇ ਹਲਕੇ 'ਚ ਹੈਗਾ, ਇੱਥੇ 255 ਏਕੜ 'ਚ ਇੰਡਸਟਰੀ ਲੱਗੀ ਆ, ਉੱਥੇ ਕਿੰਨੇ ਕੁ ਬੰਦਿਆਂ ਨੂੰ ਰੁਜ਼ਗਾਰ ਮਿਲੂਗਾ, ਕਿੰਨੇ ਬੰਦੇ ਇੱਥੇ ਸੈੱਟ ਹੋਣਗੇ, ਲੋਕਾਂ ਦਾ ਅੱਜ ਉੱਥੇ ਕੰਮ ਚੱਲ ਰਿਹਾ, ਕੋਈ ਇੱਥੇ ਮਿੱਟੀ ਪਾ ਰਿਹਾ, ਕੋਈ ਰੇਤਾ ਲੈ ਰਿਹਾ, ਕੋਈ ਬਦਰੀ ਢੋ ਰਿਹਾ, ਕਿੰਨੀ ਕੁ ਲੇਬਰਾਂ ਲੱਗੀਆਂ, ਕਹਿਣ ਦਾ ਮਤਲਬ ਰੁਜ਼ਗਾਰ ਮਿਲਿਆ ਲੋਕਾਂ ਨੂੰ। ਮੇਲੇ ਸਾਹਿਬ, ਅਕਸਰ ਦੇਖਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਟਾਈਮ ਜਿਹੜਾ ਹੈ ਬਹੁਤ ਘੱਟ ਲੋਕਾਂ ਨੂੰ ਮਿਲਦਾ, ਉਹ ਬਹੁਤ ਘੱਟ ਲੋਕਾਂ ਨੂੰ ਮਿਲਦੇ ਆ ਜੋ ਵਿਰੋਧੀ ਤੁਹਾਡੇ ਕਹਿੰਦੇ ਆ, ਲੇਕਿਨ ਤੁਹਾਡੀ ਕੋਈ ਨਾ ਕੋਈ ਫੋਟੋ ਵਾਇਰਲ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲਦੇ ਹੋਏ। ਲੋਕਾਂ ਨੂੰ ਤਕਲੀਫ ਵੀ ਹੈ ਵੀ ਮਦਨ ਲਾਲ ਜਲਾਲਪੁਰ ਜੀ ਨੂੰ ਕੈਪਟਨ ਸਾਹਿਬ ਮਿਲਣ ਦਾ ਟਾਈਮ ਦੇ ਦਿੰਦੇ ਆ, ਇਹਦਾ ਕੀ ਇਸ਼ਾਰਾ ਦੇਖਿਆ ਜਾਵੇ ਤੁਹਾਡੇ 'ਤੇ, ਕੈਪਟਨ ਸਾਹਿਬ ਇੰਨੇ ਮਿਹਰਬਾਨ ਲਾ ਲਓ ਜਾਂ ਤੁਹਾਡੇ ਜ਼ਿਲ੍ਹੇ ਦੇ ਹੈਗੇ ਉਹ ਕਿਸ ਤਰ੍ਹਾਂ, ਮਤਲਬ ਆਪਾਂ ਇਸ ਚੀਜ਼ ਨੂੰ ਦੇਖੀਏ, ਜਿਹੜੀ ਹੁਣ ਵੀ ਜਿਹੜੇ ਸਾਡੇ ਸਰੋਤੇ ਹੈਗੇ ਫੋਟੋ ਅੱਜ ਦੀ ਜਿਹੜੀ ਹੈਗੀ ਉਹ ਦੇਖ ਪਾ ਰਹੇ ਹੋ ਤੁਸੀਂ ਆਪਣੀ ਸਕਰੀਨ 'ਤੇ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਅੱਜ ਵੀ ਜਿਹੜੇ ਮਦਨ ਜੀ ਕੈਪਟਨ ਸਾਹਿਬ ਦੇ ਨਾਲ ਮਿਲ ਕੇ ਆਏ ਅਤੇ ਫੋਟੋ ਵਾਇਰਲ ਹੋ ਰਹੀ ਹੈ, ਕਿਹੜੇ ਕੰਮ ਹੈਗੇ ਜਿਹੜੇ ਤੁਸੀਂ? ਕੈਪਟਨ ਸਾਹਿਬ ਨੂੰ ਮਿਲਣਾ ਕੋਈ ਔਖਾ ਨਹੀਂ ਹੈ, ਕਈ ਵਾਰੀ ਵੈਸੇ ਹੀ ਨਾ ਆਪਾਂ ਕਹਿ ਦਿੰਦੇ ਹਾਂ ਮਿਲਦੇ ਨਹੀਂ ਜੀ, ਇਹ ਨਹੀਂ ਕਰਦੇ ਉਹ ਨਹੀਂ ਕਰਦੇ, ਜਿੰਨਾ ਮਰਜ਼ੀ ਕਿਸੇ ਨੂੰ ਕੈਪਟਨ ਸਾਹਿਬ 'ਤੇ ਗੁੱਸਾ ਹੋਵੇ, ਜਦੋਂ ਸਾਹਮਣੇ ਬਹਿ ਜਾਂਦਾ ਨਾ ਬੰਦਾ ਗਾ ਕੇ, ਉਹਦੀ ਤਸੱਲੀ ਹੋ ਜਾਂਦਾ, ਖੁਸ਼ ਹੋ ਕੇ ਬਾਹਰ ਨਿਕਲਦਾ। ਮੈਂ ਤਾਂ ਨਹੀਂ ਅੱਜ ਤੱਕ ਕੋਈ ਦੇਖਿਆ ਵੀ ਜਿਹੜਾ ਇਹਨੂੰ ਮਿਲ ਗਿਆ ਹੋਵੇ ਬਾਅਦ 'ਚ ਕੋਈ ਨਾਰਾਜ਼ ਹੋਵੇ। ਠੀਕ ਹੈ, ਸਾਡੇ ਕੰਮ ਹੀ ਇੰਨੇ ਜ਼ਿਆਦਾ ਸੀ, ਜਿਹੜੇ ਲੋਕਾਂ ਨੂੰ ਆਸਾਂ ਬਹੁਤ ਸੀ ਵੀ ਇਹ ਹੋ ਜੂਗਾ ਇਹ ਕਰਾ ਲਾਂਗੇ, ਪਰ ਜਿਹੜਾ ਸਮਾਂ ਉਹ ਇਜਾਜ਼ਤ ਨਹੀਂ ਦੇ ਰਿਹਾ ਸੀ, ਜਿਹੜਾ ਪੈਸੇ ਦੇ ਫਾਈਨਾਂਸ ਦਾ ਕੰਮ ਸੀ ਉਹ ਢਿੱਲਾ ਸੀ, ਕਿਉਂ ਪਿੱਛੇ ਜਾਇਦਾਦਾਂ ਤੋਂ ਬਹੁਤ ਵੇਚਤੀਆਂ, ਮਨਪ੍ਰੀਤ ਕਹਿੰਦਾ ਮੈਂ ਹੁਣ ਕੋਈ ਜਾਇਦਾਦ ਨਹੀਂ ਵੇਚਣੀ, ਖਰੀਦੂੰਗਾ, ਵੀ ਜਿਹੜੀਆਂ ਸਰਕਾਰਾਂ ਆਉਂਦੀਆਂ ਸਿਰਫ ਇਹ ਜਾਇਦਾਦ ਖਰੀਦਣ ਵਾਸਤੇ ਆਉਂਦੀਆਂ, ਵੇਚਣ ਵਾਸਤੇ ਨਹੀਂ ਆਉਂਦੀਆਂ। ਜਿਹੜੀ ਇਹਨਾਂ ਦੀ ਸੋਚ ਆ ਮਹਾਰਾਜ ਸਾਹਿਬ ਦੀ, ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੀ, ਇਹ ਪੰਜਾਬ ਨੂੰ ਜਾੜਨਾ ਨਹੀਂ ਚਾਹੁੰਦੇ, ਹੱਸਣਾ ਹੱਸਦਾ ਖੇਡਦਾ ਪੰਜਾਬ ਬਣਾਉਣਾ ਚਾਹੁੰਦੇ ਆ,
ਪਰ ਅਜੋਲੀਆਂ 'ਤੇ ਜਾ ਰਿਹਾ। ਕੈਪਟਨ ਸਾਹਿਬ ਨੂੰ ਜਦੋਂ ਵੀ ਮੈਂ ਜਾ ਕੇ ਮਿਲਣ ਦੀ ਕੋਸ਼ਿਸ਼ ਮਿਲਿਆ ਜਾਂ ਕਦੇ ਵੀ ਕਿਹਾ ਵੀ ਮੈਂ ਅੱਜ ਮਿਲ ਕੇ ਆਊਂਗਾ, ਮੈਂ ਨਹੀਂ ਕਦੇ ਮੈਂ ਇਹੋ ਜਿਹਾ ਮੌਕਾ ਮਿਲਿਆ ਵੀ ਨਾ ਮਿਲਿਆ ਹੋਵੇ ਜਾਂ ਸਾਡੀ ਗੱਲ ਨਾ ਸੁਣੀ ਹੋਵੇ। ਜਦੋਂ ਵੀ ਜਾਈਦਾ ਕੁਛ ਨਾ ਕੁਛ ਲੈ ਕੇ ਆਉਂਦੇ ਹਾਂ, ਕਦੇ ਵੀ ਉਸ ਘਰੋਂ ਖਾਲੀ ਨਹੀਂ ਮੁੜੇ। ਜੇ ਅੱਜ ਇੰਨਾ ਪੈਸਾ ਘਨੌਰ 'ਚ ਆਏ, ਇੰਨੇ ਪ੍ਰੋਜੈਕਟ ਆਏ, ਕਿੰਨੀਆਂ ਸੜਕਾਂ ਚੌੜੀਆਂ ਕਰਾਈਆਂ, ਇਹ ਕਿਹਦੀ ਬਦੌਲਤ ਹੋ ਰਹੀ? ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਪਨੀਤ ਕੌਰ ਦੀ ਬਦੌਲਤ ਹੋ ਰਹੀ ਆ। ਬਿਲਕੁਲ ਠੀਕ ਹੈ ਵੀ ਜਦੋਂ ਇਹ ਕਿਸੇ ਨੂੰ ਕੰਮ ਕਹਿ ਦਿੰਦੇ ਹਾਂ, ਇਹ ਕੰਮ ਦਸਖਤ ਹੋ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ, ਉਹ ਕੰਮ ਪਿੱਛੇ ਫਿਰ ਇਹ ਆਪ ਪੈਰਵਾਈ ਕਰਕੇ ਸਿਰੇ ਚੜ੍ਹਾਉਂਦੇ ਹਾਂ। ਜਿਵੇਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ, ਹਰੇਕ ਨੂੰ ਮੁੰਡੇ ਦੇ ਕੇ ਚਲੇ ਜਾਂਦੇ ਸੀ, ਉਹ ਕੰਮ ਕਿਸੇ ਦੇ ਸਿਰੇ ਨਹੀਂ ਚੜ੍ਹਦਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕੋਈ ਇਨਸਾਨ ਮਿਲ ਕੇ ਜਾਂਦਾ, ਜਿਹੜਾ ਕੰਮ ਕਹਿੰਦੇ ਆ ਉਹ ਫਿਰ ਹੋ ਜਾਂਦਾ, ਇਹ ਲਾਰੇ ਲੱਪਿਆਂ ਵਾਲੀ ਗੱਲ ਨਹੀਂ ਕੈਪਟਨ ਅਮਰਿੰਦਰ ਸਿੰਘ ਕੋਲ। ਪਿਛਲੇ ਕਾਫੀ ਦਿਨਾਂ ਦੇ ਵਿੱਚ, ਪਿਛਲੇ ਕਾਫੀ ਲੰਬੇ ਸਮੇਂ ਦੇ ਵਿੱਚ ਮਦਨ ਲਾਲ ਜਲਾਲਪੁਰ ਜੀ ਪੂਰੇ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ 'ਚ ਰਹੇ। ਕਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ, ਕਦੀ ਕੁਛ ਹੁੰਦਾ, ਉਹਦੇ ਪਿੱਛੇ ਕੀ ਹੈ? ਕਿਉਂ ਤੁਹਾਡੇ ਜਿਹੜੇ ਹੈ ਸਿਰਫ ਤੁਹਾਡੇ ਹੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ? ਜਦੋਂ ਬੰਦਾ ਕਿਸੇ ਵੀ ਕੰਮ 'ਚ ਜਾਂਦਾ, ਕੋਈ ਮਿਹਨਤ ਕਰਦਾ, ਅੱਗੇ ਵੱਧਦਾ, ਉਹਦੀਆਂ ਲੱਤਾਂ ਖਿੱਚਣ ਵਾਲੇ ਉਸ ਤੋਂ ਵੱਧ ਹੁੰਦੇ ਆ। ਕੋਈ ਵੀ ਇਨਸਾਨ ਇੱਥੇ ਨਹੀਂ ਚਾਹੁੰਦਾ ਵੀ ਇਹ ਬੰਦੇ ਕਿੱਥੋਂ ਇੱਥੇ ਕੰਮ ਹੋਣ, ਇਹ ਬੰਦਾ ਕਿਉਂ ਅੱਗੇ ਵੱਧ ਰਿਹਾ। ਕੱਲ੍ਹ ਇੱਕ ਪਿੰਡ 'ਤੇ ਫਿਰਿਆ ਕਰਦਾ, ਛੋਟੇ ਮੋਟਾ ਘਰ ਪਰਿਵਾਰ ਦਾ ਬੰਦਾ ਸੀ, ਅੱਜ MLA ਬਣ ਕੇ ਅੱਜ ਇੰਨੇ ਕੰਮ ਕਰਾ ਰਿਹਾ, ਕਿਉਂ ਇਹਦੇ ਕੰਮ ਹੋ ਰਹੇ? ਜੈਲਸੀ ਵੀ ਹੁੰਦੀ ਆ ਲੋਕਾਂ ਨੂੰ। ਇੱਥੇ ਕਈ ਵੱਡੇ ਵੱਡੇ ਲੀਡਰ ਮੇਰੇ ਹਲਕੇ 'ਚ ਆਏ, ਉਹਨਾਂ ਨੇ ਵਿਰੋਧਤਾ ਕੀਤੀ, ਐਂਡ ਨੂੰ ਕੀ ਉਹਨੂੰ ਮੂੰਹ ਦਿਖਾਉਣੀ ਪਈ? ਜਦੋਂ ਕੋਈ ਤੁਲਨਾ ਵਿਕਾਸ ਨਾਲ ਕਰਦੇ, ਹੁਣ ਪਿੱਛੇ ਵਿਧਾਨ ਸਭਾ 'ਚ ਗੱਲ ਸੀ, ਮੈਂ ਇਹ ਗੱਲ ਕਹੀ ਸੀ, ਮੈਨੂੰ ਬੋਲਣ ਦਾ ਮੌਕਾ ਮਿਲਿਆ ਬਜਟ 'ਤੇ। ਮੈਂ ਮੇਰੇ ਵੀਰ ਅਕਾਲੀ ਦਲ ਵਾਲੇ ਕਹਿੰਦੇ ਆ ਵੀ 3 ਸਾਲਾਂ 'ਚ ਕੁਛ ਨਹੀਂ ਹੋਇਆ। ਮੈਂ ਤਾਂ ਇੱਕੋ ਗੱਲ ਕਹੀ ਸੀ, ਮੈਂ ਕਿਹਾ ਤੁਸੀਂ ਅਕਾਲੀ ਦਲ ਦੀ ਕਮੇਟੀ ਬਣਾ ਲਓ, ਜੇ 10 ਸਾਲ ਤੁਹਾਡੀ ਸਰਕਾਰ ਰਹੀ ਹੈ, ਪਿੱਛੇ ਪੁਰਾਣੀ ਗੱਲ ਮੈਂ ਨਹੀਂ ਲਊਂਗਾ ਤੁਹਾਡੀ, ਵੀ 10 ਸਾਲ ਤਾਂ ਤੁਸੀਂ ਨਾਲ ਕਾਫੀ ਤੁਹਾਡੇ 'ਚ MLA ਰਹੇ ਆ ਨਾਲ ਬਾਦਲ ਸਾਹਿਬ ਦੇ, ਤੁਸੀਂ ਆਪਣੀ ਕਮੇਟੀ ਬਣਾ ਕੇ 10 ਸਾਲ ਨਾਲ ਮੇਰੇ ਹਲਕੇ ਦੀ ਤੁਲਨਾ ਕਰ ਲਓ, ਪੈਸੇ ਦੀ ਜਾਂ ਕੰਮਾਂ ਦੀ, ਵੀ ਜੇ ਤੁਸੀਂ ਮੇਰੇ ਬਰਾਬਰ ਵੀ ਆ ਜਾਓ ਮੈਂ ਅਸਤੀਫਾ ਦੇ ਦੂੰਗਾ। ਜਦੋਂ ਇਹ ਗੱਲ ਹੁੰਦੀ ਹੈ ਫਿਰ ਭੱਜ ਜਾਂਦੇ ਹਾਂ। ਮੇਰਾ ਕਹਿਣ ਦਾ ਮਤਲਬ ਕਿਸੇ 'ਚ ਕਮੀਆਂ ਕੱਢਣੀਆਂ ਜਾਂ ਕਿਸੇ ਦੀਆਂ ਲੱਤਾਂ ਖਿੱਚਣੀਆਂ ਬਹੁਤ ਸੌਖੀਆਂ। ਜਦੋਂ ਮਿਹਨਤ ਹੁੰਦੀ ਆ ਕੰਮ ਕਰਨਾ, ਜਦੋਂ ਕੰਮ ਕਰਨਾ ਹੁੰਦਾ ਹੋਵੇ ਤਾਂ ਬੰਦਾ ਉਹਦੀਆਂ ਹਮੇਸ਼ਾ ਜਿਹੜੇ ਸਾਡੇ ਵਿਰੋਧੀ ਆ ਉਹ ਸਹਿਣ ਨਹੀਂ ਕਰਦੇ। ਮੈਂ ਤਾਂ ਕਹੂੰਗਾ ਵੀ ਕਦੇ ਕਿਸੇ ਦੀ ਰੀਸ ਕਰਨੀ ਆ ਤਾਂ ਕੰਮ ਕਰਕੇ ਕਰੋ, ਵੀ ਇਹਨੇ ਇਹ ਕਰਾਂ ਮੈਂ ਇਹ ਕਰਾਵਾਂ। ਮੇਰਾ ਆਖਰੀ ਕੁਐਸਚਨ ਤੁਹਾਨੂੰ ਹੈ ਜੀ, ਕਾਫੀ ਚਰਚਾ 'ਚ ਹੈਗਾ ਇਸ ਟਾਈਮ ਰਾਜਪੁਰਾ 'ਚ, ਰਾਜਪੁਰਾ 'ਚ ਇੱਕ ਕਾਂਗਰਸੀ ਜਿਹੜੇ ਨੇਤਾ ਹੈਗੇ ਉਹ ਕਾਫੀ ਟਾਈਮ ਤੋਂ, ਲੰਬੇ ਟਾਈਮ ਤੋਂ ਜਿਹੜੇ ਹੈ ਕਾਂਗਰਸ ਦੀ ਰੈਲੀਆਂ 'ਚ ਨਜ਼ਰ ਆਉਂਦੇ ਰਹੇ। ਉਹਨਾਂ ਨੇ 3 ਸਾਲ ਜਿਹੜਾ ਹੈ ਕਾਂਗਰਸ ਪਾਰਟੀ ਸਰਕਾਰ ਦਾ ਸੁੱਖ ਭੋਗਿਆ। ਹੁਣ 2 ਦਿਨ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਹੈ ਫੜ ਲਿਆ। ਮੈਂ ਗੁਰਪ੍ਰੀਤ ਸਿੰਘ ਸੰਧੂ ਦੀ ਗੱਲ ਕਰ ਰਿਹਾ, ਜੋ ਕਿ ਆਪਣੇ ਆਪ ਨੂੰ ਇਸ ਟਾਈਮ ਇਹ ਕਹਿ ਰਿਹਾ ਕਿ ਮੈਂ ਘਨੌਰ ਦਾ ਰਹਿਣ ਵਾਲਾ, ਅਤੇ ਮੇਰਾ ਪੰਪ ਵੀ ਘਨੌਰ ਦੇ ਵਿੱਚ ਹੈ, ਮੇਰਾ ਘਰ ਵੀ ਘਨੌਰ ਦੇ ਵਿੱਚ ਹੈ, ਅਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਹਲਕਾ ਘਨੌਰ ਦੇ ਵਿੱਚ ਮੈਂ ਸੇਵਾ ਕਰਾਂਗਾ। ਕਹਿਣ ਦਾ ਭਾਵ ਇਹ ਹੈ ਕਿ ਉਹ ਆਉਣ ਵਾਲੇ ਦਿਨਾਂ 'ਚ MLA ਦਾ ਚੁਣਾਵ ਵੀ ਲੜ ਸਕਦੇ ਹੈ। ਅਤੇ ਉਹਨਾਂ ਦਾ ਕਹਿਣਾ ਇਹ ਹੈ ਕਿ MLA ਜਲਾਲਪੁਰ ਜੀ ਨੇ ਹਲਕਾ ਘਨੌਰ ਦੇ ਵਿੱਚ ਕੋਈ ਕੰਮ ਨਹੀਂ ਕਰਾਇਆ, ਅਤੇ ਮਦਨ ਲਾਲ ਜੀ ਹਲਕਾ ਘਨੌਰ ਦੇ ਰਹਿਣ ਵਾਲੇ ਵੀ ਨਹੀਂ ਹੈ। ਲੋਕ ਬਾਹਰ ਦੇ ਬੰਦੇ ਨੂੰ ਕਿਉਂ MLA ਬਣਾਉਣ? ਮੈਂ ਕਰਦਾ ਉਹਨਾਂ ਦਾ ਬੰਦਾ, ਉਸ ਬਾਰੇ 'ਚ ਥੋੜ੍ਹਾ ਜਿਹਾ ਚਾਨਣਾ ਪਾਊਗੀ। ਮੈਂ ਤਾਂ ਗੱਲ ਕਹੂੰਗਾ, ਦੇਖੋ ਇੱਥੇ ਕੋਈ ਬਾਹਰਲਾ ਗੋਵਿੰਦਰਲਾ, ਮੈਂ ਘਨੌਰ ਤੋਂ ਆਜ਼ਾਦ ਚੋਣ ਜਿੱਤਿਆ, 36,500 ਦੀ ਮੇਰੀ ਇਸ ਵਾਰੀ ਲੀਡ ਸੀ, 36,500 ਦੀ, ਪੰਜਾਬ 'ਚ 3 ਨੰਬਰ 'ਤੇ ਆ। ਇੱਕ ਛੋਟਾ ਜਿਹਾ ਹਲਕਾ, ਪਿੰਡੂ ਹਲਕਾ, ਜਿੱਥੇ ਅਕਾਲੀ ਦਲ ਦਾ ਗੜ੍ਹ ਸੀ। ਕੋਈ ਵੀ ਬੰਦਾ ਜਿਹੜਾ ਨਵਾਂ ਆਉਂਦਾ ਜਾਂ ਕਿਸੇ ਪਾਰਟੀ ਜਾਂਦਾ, ਪਹਿਲਾਂ ਤਾਂ ਇਹ ਹੁੰਦਾ ਵੀ ਜਿਹੜਾ ਪਾਰਟੀ ਦਲ ਬਦਲ ਹੁੰਦਾ ਉਹ ਕਦੇ ਵੀ ਕਿਸੇ ਕੋਈ ਵੀ ਬੰਦਾ ਉਸ 'ਤੇ ਤਵਾਰ ਨਹੀਂ ਕਰਦਾ। ਜੇ ਅਸੀਂ ਵੀ ਕਿਤੇ ਜਾਂਦੇ ਹਾਂ, ਸਾਡਾ ਕੋਈ ਤਵਾਰ ਨਹੀਂ ਕੋਈ ਕਰੂਗਾ। ਅਗਲਾ ਕਹਿੰਦਾ ਜੀ ਉਸ ਪਾਰਟੀ ਦਾ ਜੀ ਸੱਕਾ ਹੋਇਆ ਜਿੱਥੇ ਇਹ MC ਰਹੇ ਇਹਦੀ, ਜਾਂ ਜਿੱਥੇ ਹੁਣ ਤੱਕ ਇਹ ਕਾਂਗਰਸ ਕੰਮ ਕਰਦੇ ਰਹੇ ਹਾਂ, ਜਿੰਨੇ ਵੀ ਦਲ ਬਦਲੂ ਜਾ ਕੇ ਆਪ ਦੇ ਟਿਕਟਾਂ ਲਈਆਂ ਸੀ, ਜਾਂ ਮੇਰੇ ਹਲਕੇ 'ਚ ਲਾ ਲਓ ਸਾਡੇ ਬਹੁਤ ਇਸ਼ਤਕਾਰ ਜਸਜੀਤ ਸਿੰਘ ਰੰਧਾਵਾ ਸਵਰਗੇ, ਉਹਨਾਂ ਨੇ 20 ਸਾਲ ਇਸ ਇਲਾਕੇ ਦੀ ਸੇਵਾ ਕਰੀ, 2 ਵਾਰ ਵਜ਼ੀਰ ਰਹੇ। ਉਹਨਾਂ ਦੀ ਬੇਟੀ ਅਨੂ ਰੰਧਾਵਾ ਨੌਜਵਾਨ ਸੀ, ਉਹਨੂੰ ਪਤਾ ਸੀ ਮੇਰੇ ਬਾਪੂ ਨੇ ਬਹੁਤ ਕੁਛ ਕੀਤਾ ਵੀ ਮੈਨੂੰ ਇੱਥੇ ਵੋਟਾਂ ਪੈਣਗੀਆਂ। ਲੋਕ ਮੈਨੂੰ ਕਿਹਾ ਕਰਨ ਤੇਰਾ ਮੁਕਾਬਲਾ ਆਪ ਨਾਲ ਹੋਊਗਾ, ਮੈਂ ਕਹਿੰਦਾ ਵੀ ਆਪ ਨਾਲ ਨਹੀਂ ਹੋਣਾ, ਮੇਰਾ ਅਕਾਲੀ ਦਲ ਨਾਲ ਹੋਣਾ। ਕਹਿੰਦੇ ਅਕਾਲੀ ਦਲ ਕਿੱਥੋਂ, ਆਪ ਤਾਂ ਜਿੱਤ ਰਹੀ ਹੈ। ਉਹ ਮੈਂ ਕਿਹਾ ਮੇਰੇ ਵੀਰੋ ਜਾਂ ਰਿਜ਼ਲਟ ਆਊਗਾ ਫਿਰ ਗੱਲ ਕਰਿਓ। ਮੈਨੂੰ ਕਹਿੰਦੇ ਤੂੰ ਤਾਂ ਹਾਰ ਰਹੇ ਆਪ ਤੋਂ। ਜਦੋਂ ਰਿਜ਼ਲਟ ਆਇਆ, ਅਨੂ ਰੰਧਾਵਾ ਨੂੰ ਪਈ 22,000 ਵੋਟ, ਮੈਨੂੰ ਪਈ 44,000, ਅਕਾਲੀ ਦਲ ਨੂੰ 29,000, ਅਕਾਲੀ ਦਲ ਤੋਂ ਵੀ 7,000 ਵੋਟਾਂ ਪਿੱਛੇ ਸੀ ਉਹ। ਮੇਰਾ ਕਹਿੰਦਾ ਜਿਹੜੇ ਇਹ ਭੁਲੇਖੇ ਹੁੰਦੇ ਆ ਨਾ,
ਨੂੰ ਰੰਧਾਵਾ ਤਾਂ 22,000 ਵੋਟ ਪੈ ਗਈ, ਕਿਉਂ ਰੰਧਾਵਾ ਸਾਹਿਬ ਦੀ 10-12,000 ਵੋਟ ਪੱਕੀ ਸੀ। ਸਾਡੇ ਗੁਰਨਾਮ ਹੋਰੀ ਬਲਰਾਜ ਹੋਰੀ ਸਾਰੇ ਉਹਦੇ ਨਾਲ ਸੀ, ਜਿਹੜਾ ਉਹਦਾ ਗਰੁੱਪ ਸੀ, ਹਰੇਕ ਪਿੰਡ 'ਚ ਉਹਦਾ ਬੰਦਾ ਬੈਠਿਆ ਸੀ। ਪਰ ਜਿਹੜੇ ਮੇਰੇ ਵੀਰ ਜਿਹੜੇ ਅੱਜ ਜਿਹੜੇ ਭੁਲੇਖਾ ਪਾ ਰਹੇ ਆ ਵੀ ਸਾਨੂੰ ਟਿਕਟ ਮਿਲੂਗੀ, ਨੰਬਰ 1 ਜਿਹੜੇ ਪੁਰਾਣੇ ਬੰਦੇ ਬੈਠੇ ਆ ਇਹਨੂੰ ਕਿਉਂ ਬਰਦਾਸ਼ਤ ਕਰਨਗੇ, ਉਹ ਇਹਨਾਂ 'ਤੇ ਕਿਉਂ ਭਰੋਸਾ ਕਰਨਗੇ ਵੀ ਜਿਹੜਾ 3 ਸਾਲ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਸੱਕਾ ਨਹੀਂ ਹੋਇਆ ਪਾਰਟੀ ਦਾ, ਇਹ ਸਾਡੇ ਜਾ ਕੇ ਇੱਥੇ ਕੀ ਗੁੱਲ ਖਲਾਰੂਗਾ। ਜਿਹੜਾ ਬੰਦਾ ਇੱਥੇ ਕਾਮਯਾਬ ਨਹੀਂ ਹੋਇਆ ਉੱਥੇ ਜਾ ਕੀ ਹੋਊਗਾ। ਇਹ ਭੁਲੇਖਾ ਹੁੰਦਾ ਹਰ ਬੰਦੇ ਨੂੰ, ਹਰ ਬੰਦੇ ਦੀ ਆਸ਼ਾ ਹੁੰਦੀ ਆ ਮੈਂ MLA ਬਣਾ, ਪਰ ਜਿਹਦੀ ਤਕਦੀਰ ਹੁੰਦੀ ਆ ਨਾ ਉਹੀ MLA ਬਣਦਾ। ਬਿਨਾਂ ਤਕਦੀਰ ਉਹ ਰੱਬ ਪਹਿਲਾਂ ਹੀ ਲਿਖ ਕੇ ਭੇਜਦਾ ਕਿੰਨੇ ਬਣਨਾ ਕਿੰਨੇ ਨਹੀਂ ਬਣਨਾ। ਜਲਾਲਪੁਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਿਊਜ਼ 89 ਚੈਨਲ 'ਤੇ ਬੜੇ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲਬਾਤ ਕੀਤੀ। ਇਹ ਸੀਗੇ ਮਦਨ ਲਾਲ ਜਲਾਲਪੁਰ ਜੀ, ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਦਲ ਬਦਲੂਆਂ ਦਾ ਲੋਕ ਜਿਹੜਾ ਹੈ ਉਹ ਹਾਲ ਕਰਦੇ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਹਲਕਾ ਘਨੌਰ ਦੇ ਵਿੱਚ ਹੁੰਦਾ ਆ ਰਿਹਾ, ਅਤੇ ਹੁਣ ਵੀ ਜਿਹੜੇ ਹੈ ਦਲ ਬਦਲੂ ਜਿਹੜੇ ਹੈਗੇ ਉਹ ਘਨੌਰ ਦੇ ਵਿੱਚ ਇਲੈਕਸ਼ਨ ਲੜਨਗੇ, ਤਾਂ ਉਹਨਾਂ ਦਾ ਉਹੀ ਹਾਲ ਹੋਏਗਾ ਜੋ ਪਿਛਲੇ ਵਾਲੇ ਉਮੀਦਵਾਰਾਂ ਦਾ ਹੋਇਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਏਗਾ ਕਿ ਘਨੌਰ ਦੀ ਰਾਜਨੀਤੀ ਜਿਹੜੀ ਹੈ ਕਿਹੜੇ ਪਾਸੇ ਕਰਵਟ ਲੈਂਦੀ ਹੈ। ਘਨੌਰ ਤੋਂ ਸੰਦੀਪ ਚੌਧਰੀ, ਨਿਊਜ਼ 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਬਿੰਨੂ ਢਿੱਲੋਂ ਅਤੇ ਤੁਸੀਂ ਦੇਖ ਰਹੇ ਹੋ ਨਿਊਜ਼ 89। ਜੇ ਤੁਸੀਂ ਇਸ ਚੈਨਲ ਨੂੰ ਮਾਣਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ 89। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਗੁਣ ਮਹਿਤਾ ਅਤੇ ਤੁਸੀਂ ਦੇਖ ਰਹੇ ਹੋ ਨਿਊਜ਼ 89 ਚੈਨਲ। ਲੇਟੈਸਟ ਅਪਡੇਟ ਸਭ ਪਹਿਲੇ ਦੇਖਣੇ ਕੇ ਲਿਏ ਸਬਸਕ੍ਰਾਈਬ ਕਰੇ ਨਿਊਜ਼ 89 ਔਰ ਪ੍ਰੈਸ ਕਰੇ ਬੈਲ ਆਈਕਨ।